ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਜਿਹੜੀ ਆਪਾਂ ਫਟਾਰੇ ਵਾਲੀ ਸਪਰੇਅ ਦੱਸੀ ਹੈ ਜਿੱਥੇ ਝੋਨਾ ਅੜਿਆ ਖੜਾ ਲਾਲ ਹੋ ਗਿਆ ਪੀਲਾ ਹੋ ਗਿਆ ਦੌਗੀਆਂ ਦੇ ਵਿੱਚ ਪੱਤੇ ਜੰਗਾਲੇ ਹੋ ਗਏ ਝੋਨਾ ਰੁਕ ਗਿਆ ਫਟਾਰਾ ਨਹੀਂ ਹੋ ਰਿਹਾ ਉਹਦੇ ਵਾਸਤੇ ਆਪਾਂ ਜਿਹੜਾ ਫਾਰਮੂਲਾ ਪਿਛਲੇ ਸਾਲਾਂ ਤੋਂ ਦੱਸਿਆ ਆਪਣਾ ਬਣਾਇਆ ਹੋਇਆ ਤਜਰਬੇ ਦੇ ਨਾਲ ਕਿਸਾਨਾਂ ਦੇ ਫੀਡਬੈਕ ਦੇ ਨਾਲ ਪਲੱਸ ਜਿਹੜੀਆਂ ਪੀਯੂ ਦੀਆਂ ਰეკਮੈਂਡੇਸ਼ਨਾਂ ਦੇ ਅਨੁਸਾਰ ਆਪਾਂ ਉਹਦੇ ਵਿੱਚ ਤਜਰਬਾ ਕਰਕੇ ਇੱਕ ਫਾਰਮੂਲਾ ਬਣਾ ਲਿਆ ਜ਼ਿੰਕ ਤੇ ਲੋਹਾ ਤੱਤ ਨੂੰ ਸਪਰੇਅ ਕਰਨ ਦਾ ਕੁਝ ਕਿਸਾਨ ਵੀਰਾਂ ਦੇ ਸਵਾਲ ਹੈ ਪਹਿਲਾਂ ਮੈਂ ਦੱਸ ਦਿੰਦਾ ਕਿ ਉਹ ਸਪਰੇਅ ਆਪਾਂ ਕਿਹੜੇ-ਕਿਹੜੇ ਉਹ ਚੀਜ਼ਾਂ ਵਰਤਣੀਆਂ ਨੇ ਤੇ ਕਿਵੇਂ-ਕਿਵੇਂ ਵਰਤਣੀਆਂ ਫਿਰ ਕਿਸਾਨ ਵੀਰਾਂ ਦੇ ਸਵਾਲ ਤੇ ਜਵਾਬ 1 ਕਿਲੋ 21% ਜ਼ਿੰਕ ਸਲਫੇਟ ਲੈਣਾ 1 ਕਿਲੋ 21% ਜ਼ਿੰਕ ਅੱਧਾ ਕਿਲੋ 19% ਲੋਹਾ ਤੱਤ ਆ ਫੈਰ ਸਲਫੇਟ ਹੁੰਦਾ ਜਿਹੜਾ ਹਰ ਅਕਸੀਸ ਵੀ ਤੁਸੀਂ ਜਾਣਦੇ ਆ ਉਹ ਪੱਕੀਆਂ ਜਾਂ ਉਦੋਂ ਥੋੜੀਆਂ ਜੀਆਂ ਮਾੜੀਆਂ ਜ਼ਮੀਨਾਂ 'ਚ ਅੱਧਾ ਕਿਲੋ ਤੱਕ ਤੇ ਜਿਹੜੀਆਂ ਬਹੁਤ ਹਲਕੀਆਂ ਜ਼ਮੀਨਾਂ ਨੇ ਰੇਤਲੀ ਰੇਤਲੀ ਮੈਰਾ ਜ਼ਮੀਨਾਂ ਦੇ ਵਿੱਚ 1 ਕਿਲੋ ਤੱਕ ਵੀ ਵਰਤ ਸਕਦੇ ਨੇ ਲੋਹਾ ਤੱਤ 19% ਵਾਲਾ ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਭਿਉ ਕੇ 10-12 ਘੰਟਿਆਂ ਨੂੰ ਭਿਉ ਕੇ ਉਹਦਾ ਜਿਹੜਾ ਹੈਗਾ ਆਪਾਂ ਨਿਤਰਿਆ ਹੋਇਆ ਪਾਣੀ ਉਹਨੂੰ ਵਰਤਣਾ ਹਰੇਕ ਪੰਪ ਦੇ ਵਿੱਚ ਤੇ 2 ਕਿਲੋ ਤੱਕ ਤੋਂ ਹੀ ਯੂਰੀਆ ਜਿਹੜੀ ਹੈਗੀ ਉਹ ਵਰਤ ਸਕਦੇ ਜਾਂ ਨੈਨੋ ਯੂਰੀਆ ਉਹ ਤੁਸੀਂ 50 ml 70 ml 100 ml 150 ml ਉਹਦਾ ਕੋਈ ਜਿਹੜਾ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂਗਾ ਇਹ ਤੁਸੀਂ ਸਪਰੇਅ ਕਰਨੀ ਆ 150 ਤੋਂ 250 ਤੋਂ 150 ਲੀਟਰ ਪਾਣੀ ਲਾਉਣਾ ਪ੍ਰਤੀ ਏਕੜ ਤੇ ਦੋ ਸਪਰੇਅ ਹਫਤੇ ਹਫਤੇ ਤੇ ਕਰ ਸਕਦੇ ਆ 20 ਜਿਹੜੀ ਘੱਟ ਸਮੇਂ ਵਾਲੀਆਂ ਕਿਸਮਾਂ ਉਹਦੇ ਵਿੱਚ 20 ਤੋਂ 25 ਦਿਨ ਤੇ ਸਮੇਤ ਬਾਸਮਤੀ ਬਾਸਮਤੀ ਦੇ ਵਿੱਚ ਜਾਂ ਪੀਆ 126 ਪੀਆ 124 ਵਗੈਰਾ ਦੇ 20 25 ਦਿਨ ਤੇ ਪਹਿਲੀ ਸਪਰੇ ਹਫਤੇ ਤੇ ਦੂਸ ਉਹਦੂ ਹਫਤੇ ਦੇ ਗੈਪ ਤੇ ਦੂਸਰੀ ਤੇ ਹਫਤੇ ਤੇ ਤੀਸਰੀ ਕਰ ਸਕਦੇ ਜਾਂ ਤਿੰਨ ਕਰਨੀਆਂ 25 ਦਿਨ ਤੇ 30 ਦਿਨ ਤੇ 32 ਦਿਨ ਤੇ ਜਦੋਂ ਮਰਜ਼ੀ ਜਿਹੜਾ ਹੈਗਾ ਤੁਹਾਨੂੰ ਟਾਈਮ ਮਿਲਦਾ ਹੈ ਸਪਰੇ ਕਰ ਸਕਦੇ ਆ ਬਾਸਮਤੀ 'ਚ ਵੀ ਕੋਈ ਵੀ ਕਿਸਮਾ ਚਾਹੇ 16 92 ਆ 17 18 11 21 ਆ 18 47 ਆ ਉਹਦੇ ਵਿੱਚ ਪਰ ਬਾਸਮਤੀ ਦੇ ਵਿੱਚ ਆਪਾਂ ਜਿਹੜਾ ਫਾਰਮੂਲੇ ਦੇ ਵਿੱਚ ਇਹ ਚੀਜ਼ਾਂ ਵਰਤਣੀਆਂ ਉਹ ਅੱਧੀਆਂ ਵਰਤਣੀਆਂ 21% ਜ਼ਿੰਕ ਅੱਧਾ ਕਿਲੋ ਲੋਹਾ ਤਾਤਾ ਜਿਹੜਾ ਉਪਾਈ ਆ ਮਤਲਬ 250 ਤੋਂ 300 ਗ੍ਰਾਮ ਤੱਕ ਪਾਈਆ ਕਲੀ ਡਲੇ ਵਾਲੀ ਉਹਦਾ ਪਾਣੀ ਕਿੱਲੇ ਮਗਰ ਤੇ ਕਿਲੋ ਜੂਰ ਗਿਆ ਇਹ ਸਪਰੇ ਕਰਨੀ ਆ ਸਮਾਂ ਉਹੀ ਆ 20 ਤੋਂ 25 30 ਦਿਨਾਂ ਦੀ ਫਸਲ ਤੋਂ ਲੈ ਕੇ ਹਫ਼ਤੇ ਹਫ਼ਤੇ ਤੇ 2 3 ਲਾਸਟ ਤੁਸੀਂ 45 ਦਿਨ ਤੱਕ 50 ਦਿਨ ਤੱਕ ਜਿਹੜੀ ਹੈਗੀ ਇਹ ਸਪਰੇਅ ਕਰ ਸਕਦੇ ਜੇ ਤੁਸੀਂ ਲੇਟ ਵੀ ਹੋ ਜੰਨੇ ਦੋ ਤੋਂ ਤਿੰਨ ਸਪਰੇਆਂ ਕਰੋ ਸ਼ਾਨਦਾਰ ਨਤੀਜੇ ਕਿਸਾਨ ਵੀਰਾਂ ਨੂੰ ਮਿਲਦੇ ਆ ਹਰ ਸਾਲ ਇਸ ਵਾਰ ਵੀ ਮਿਲਣੇ ਸ਼ੁਰੂ ਨੇ ਜਿੱਥੇ ਝੋਨਾ ਰੁਕਿਆ ਸੀ ਬਹੁਤ ਵਧੀਆ ਝੋਨਾ ਚੱਲ ਰਿਹਾ ਕਿਸਾਨ ਵੀਰਾਂ ਦੇ ਸਵਾਲ ਕੀ ਹੁੰਦੇ ਕਿ ਅਸੀਂ ਇਹਦੇ ਵਿੱਚ ਕੋਈ ਹੋਰ ਪ੍ਰੋਡਕਟ ਜਿਲੇਟਡ ਪ੍ਰੋਡਕਟ ਪਾ ਲਈਏ ਜਿਹੜਾ ਤੁਹਾਨੂੰ ਦੱਸਿਆ ਕਿਸਾਨ ਵੀਰ ਉਹ ਹੀ ਵਰਤਣਾ 21% ਜ਼ਿੰਕ 19% ਵਾਲਾ ਲੋਹਾ ਕੋਈ ਜਿਲੇਟਡ ਕੁਝ ਨਹੀਂ ਪਾਉਣਾ ਕੁਝ ਕਿਸਾਨ ਵੀਰ ਕਹਿੰਦੇ ਕਿ ਅਸੀਂ ਇਹਦੇ ਵਿੱਚ ਕੋਈ ਤਾਕਤ ਵਾਲੀ ਹੋਰ ਚੀਜ਼ ਮਿਕਸਚਰ ਉਹ ਤੁਹਾਡੀ ਮਰਜ਼ੀ ਆ ਜੋ ਆਪਾਂ ਦੱਸਿਆ ਇਹੀ ਵਰਤਣਾ ਕੋਈ ਕਿਸਾਨ ਵੀਰ ਕਹਿੰਦੇ ਕਿ ਪਾਊਡਰ ਵਾਲੀ ਕਲੀ ਮਿਲਦੀ ਡਲੇ ਵਾਲੀ ਨਹੀਂ ਮਿਲਦੀ ਡਲੇ ਵਾਲੀ ਕਲੀ ਦੇ ਨਤੀਜੇ ਸ਼ਾਨਦਾਰ ਆ ਪਾਊਡਰ ਵਾਲੀ ਮਿਲਦੀ ਤੁਸੀਂ ਉਹ ਵਰਤ ਸਕਦੇ ਪਰ ਉਹਦਾ ਰਿਜ਼ਲਟ ਜਿਹੜਾ ਓਨਾ ਵਧੀਆ ਨਹੀਂ ਆਪਾਂ ਨੂੰ ਮਿਲਦਾ ਡਲੇ ਵਾਲੀ ਕਲੀ ਜਿੱਥੋਂ ਵੀ ਤੁਸੀਂ ਆਮ ਆਮ ਹੀ ਤੁਹਾਨੂੰ ਮਿਲ ਜਾਂਦੀ ਹੈਗੀ ਇਹ ਰੰਗਾ ਮਗੈਲਾ ਰੀਆਂ ਜਾਂ ਕਰਿਆਨੇ ਵਾਲੀਆਂ ਚੰਗੀਆਂ ਦੁਕਾਨਾਂ ਦੇ ਉੱਤੋਂ ਤੁਹਾਨੂੰ ਜਿਹੜੀ ਹੈਗੀ ਇਹ ਮਿਲ ਸਕਦੀ ਹੈ ਕੁਝ ਕਿਸਾਨ ਵੀਰ ਜਿਹੜੇ ਪੁੱਛਦੇ ਕਿ ਪਾਣੀ ਸਪਰੇ ਵੇਲੇ ਸਪਰੇ ਤਤਾਂ ਵਾਲੀ ਸਪਰੇ ਆ ਇਹ ਇਸ ਵੇਲੇ ਪਾਣੀ ਵੱਧ ਹੋਵੇ ਘੱਟ ਹੋਵੇ ਕੋਈ ਸਮੱਸਿਆ ਨਹੀਂ ਜਿੰਨਾ ਮਰਜ਼ੀ ਪਾਣੀ ਹੋਵੇ ਪਾਣੀ ਹੋਊਗਾ ਤਾਂ ਇਹਦਾ ਨਤੀਜਾ ਹੋਰ ਵੀ ਚੰਗਾ ਮਿਲੂਗਾ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਵੀ ਪਾਣੀ ਦੇ ਵਿੱਚ ਤੁਹਾਨੂੰ ਤੁਰਨਾ ਸੋਖਾ ਲੱਗਦਾ ਕਿ ਘੱਟ ਪਾਣੀ ਦੇ ਵਿੱਚ ਤੁਰਨਾ ਸੋਖਾ ਸਪਰੇਅ ਖਾਸਤੇ ਪੰਪ ਆ ਜਿਹੜਾ ਹੱਥ ਵਾਲਾ ਬੈਟਰੀ ਵਾਲਾ ਜਾਂ ਟਰੈਕਟਰ ਵਾਲਾ ਪੰਪ ਵਰਤ ਤਰੋਂ ਇੰਜਨ ਵਾਲੇ ਪੰਪ ਨਾਲ ਤੁਹਾਨੂੰ ਉਨੇ ਵਧੀਆ ਨਤੀਜੇ ਨਹੀਂ ਮਿਲਣਗੇ ਜਾਂ ਫਿਰ ਇੰਜਨ ਵਾਲੇ ਪੰਪਾ ਘੱਟੋ ਘੱਟ 6 ਲਾਓ ਕਿੱਲੇ ਦੇ ਰੇਸ ਘਟਾ ਕੇ ਪਾਣੀ ਪੂਰਾ ਲਾਓ ਕਈ ਕਿਸਾਨ ਵੀਰ ਤਿੰਨ ਜਾਂ ਚਾਰਕ ਪੰਪ ਲਾ ਆਂਦੇ ਧੂਆਂ ਜਾਂ ਬਣਾ ਕੇ ਉਹਦਾ ਨਤੀਜਾ ਕਿਉਂਕਿ ਸਪਰੇਅ ਦੀ ਡ੍ਰਿਫਟ ਹੋ ਜਾਂਦੀ ਹਵਾ ਨਾਲ ਇੱਧਰ ਉੱਧਰ ਹੋ ਜਾਂਦੀ ਹੈ ਪੂਰੀ ਸਪਰੇਅ ਬੂਟਿਆਂ ਦੇ ਨਹੀਂ ਪੈਂਦੀ ਜੇ ਮੂਟੀਆਂ ਬੂੰਦਾਂ ਬੂਟਿਆਂ ਦੇ ਉੱਤੇ ਡਿੱਗਣਗੀਆਂ ਤਾਂ ਤਾਂ ਹੀ ਆਪਾਂ ਨੂੰ ਤੀਜਾ ਵਧੀਆ ਮਿਲੂਗਾ ਸਪਰੇਅ ਕਰਨ ਤੋਂ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਮੀਂਹ ਪੈ ਗਿਆ 2 ਘੰਟੇ ਲੰਘ ਜਾਣ 2 2.5 ਘੰਟੇ ਲੰਘ ਜਾਣ ਵਾਧੂ ਆ ਸਪਰੇਅ ਦਾ ਤੁਹਾਨੂੰ ਵਧੀਆ ਨਤੀਜਾ ਮਿਲੂਗਾ ਇਹ ਜਿਹੜੀ ਫੋਟ ਵਾਲੀ ਸਪਰੇਅ ਹੈ ਕਿਸੇ ਕਿਸਮ ਦੀ ਭਰਉਣ ਦੀ ਜ਼ਰੂਰਤ ਨਹੀਂ ਹੈ ਕੋਈ ਕਿਸਾਨ ਵੀਰ ਕਹਿੰਦੇ ਕਿ ਜੇ ਅਸੀਂ ਕੱਲੀ ਕੱਲੀ ਦਾ ਸਪਰੇ ਕਲੀ-ਕਲੀ ਦੀ ਸਪਰੇ ਵੀ ਆਪਾਂ ਕਰਨੀ ਕੋਈ ਤੱਤ ਤਾਂ ਵਿੱਚ ਪਾ ਲਏ 21% ਜਿੰਕ ਆ 19% ਲੋਹਾ ਤੱਤ ਆ ਖਾਸ ਕਰਕੇ ਹਲਕੀਆਂ ਜ਼ਮੀਨਾਂ 'ਚ ਤਾਂ ਬਹੁਤ ਘਾਟ ਆਉਂਦੀ ਆ ਜਿੰਕ ਲੋਹੇ ਦੀ ਇਹ 2-2-3 ਸਪ੍ਰੇਆਂ ਕਰੋ ਸ਼ਾਨਦਾਰ ਨਤੀਜੇ ਤੁਹਾਨੂੰ ਮਿਲਣਗੇ ਆਪਦੇ ਜਿਹੜੇ ਹੈਗੇ ਜਿਹੜੇ ਤੁਸੀਂ ਆਪ ਫਾਰਮੂਲੇ ਵਰਤਨੇ ਉਹ ਆਪਦੇ ਆ ਵਰਤ ਲਿਆ ਕਰੋ ਪਰ ਇਹਦੇ ਵਿੱਚ ਇਹ ਜੇ ਤੁਸੀਂ ਤੱਤਾਂ ਵਾਲੀ ਕਰਨੀ ਤਾਂ ਫਿਰ ਇਹੀ ਫਾਰਮੂਲਾ ਵਰਤੋ ਜੇ ਤੁਸੀਂ ਆਪ ਦਾ ਕੋਈ ਹੋਰ ਮਟੀਰੀਅਲ ਵਰਤਨਾ ਉਹ ਤੁਸੀਂ ਆਪ ਵਰਤ ਸਕਦੇ ਪਰ ਉਹਦੇ ਨਤੀਜੇ ਤੁਹਾਨੂੰ ਪ੍ਰੋਪਰ ਨਹੀਂ ਮਿਲਣੇ ਆਮ ਤੌਰ ਤੇ ਇਹ ਹੁੰਦਾ ਕਿ ਕਿਸਾਨ ਵੀਰ ਕਈ ਵਾਰ ਰਿਲੇਟਡ ਪ੍ਰੋਡਕਟ ਵਾਤ ਲੈਂਦੇ ਆ ਕਈ ਵਾਰ ਜਿਹੜੀ ਹੈਗੀ ਆ ਪ੍ਰੋਪਰ ਡੋਜ਼ ਨਹੀਂ ਵਰਤਦੇ ਹੈਗੇ ਜਾਂ ਦੋ ਤੋਂ ਤਿੰਨ ਸਪਰੇਆ ਨਹੀਂ ਕਰਦੇ ਜਾਂ ਪੰਪ ਨਹੀਂ ਸਹੀ ਵਰਤਦੇ ਹੈਗੇ ਪਾਣੀ ਨਹੀਂ ਪੂਰਾ ਲਾਉਂਦੇ ਤਾਂ ਕਰਕੇ ਤੁਹਾਨੂੰ ਤੀਜੇ ਨਹੀਂ ਮਿਲਦੇ ਇੰਜਨ ਵਾਲੇ ਪੰਪ ਨਾਲ ਇੱਕ ਹੋਰ ਹੁੰਦਾ ਉੱਪਰ ਲੋਕਾਂ ਤੇ ਪ੍ਰੈਸ਼ਰ ਬਹੁਤ ਵੱਜਦਾ ਤੁਸੀ ਬੂਟਿਆਂ ਉੱਲ ਨੂੰ ਜਦੋਂ ਕਰਦੇ ਜਾਂ ਡਬਲ ਸਪਰੇਅ ਵੱਜ ਜਾਂਦੀ ਉਹਦੇ ਨਾਲ ਕਈ ਵਾਰ ਉੱਤੇ ਪੱਤਿਆਂ ਦੇ ਲੋਕਾਂ ਦੇ ਬਰਨਿੰਗ ਵੀ ਆ ਸਕਦੀ ਹੈ ਉੱਤੇ ਦਾਗ ਵੀ ਪੈ ਸਕਦੇ ਆ ਇਸ ਕਰਕੇ ਹੱਥ ਵਾਲਾ ਬੈਟਰੀ ਵਾਲਾ ਟਰੈਕਟਰ ਵਾਲਾ ਪੰਪ ਉਹਦੇ ਨਾਲ ਪਾਣੀ ਵੀ ਪੂਰਾ ਲੱਗਦਾ ਬੂੰਦਾਂ ਵੀ ਵਧੀਆ ਜਿਹੜੀਆਂ ਹੈਗੀਆਂ ਬਰੀਕ ਬੂੰਦਾਂ ਜਿਹੜੀਆਂ ਹੈਗੀਆਂ ਜਾਂ ਮੋਟੀਆਂ ਬੂੰਦਾਂ ਦੇ ਰੂਪ ਚ ਸਪਰੇਅ ਹੈ ਜਿਹੜੀ ਬੂਟਿਆਂ ਤੇ ਡੇਗਦੀ ਹੈ ਤੇ ਬਹੁਤ ਵਧੀਆ ਅੰਤਿਜੇ ਮਿਲਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਖੁਸ਼ ਰਹੋ ਖੁਸ਼ਹਾਲ ਰਹੋ ਆਬਾਦ ਰਹੋ ਬਹੁਤ ਬਹੁਤ